ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਤੁਸੀਂ ਵੀ ਠੀਕ ਆ ਗੁਰੀਤ ਹਾਂਜੀ ਚਲੋ ਠੀਕ ਆ ਆਈ ਹੋਪ ਕਿ ਸਾਰੇ ਵਧੀਆ ਹੋ ਗਏ ਧੁੱਪ ਸੇਕਦੇ ਹੋ ਗਏ ਇੰਜੋਏ ਕਰਦੇ ਹੋ ਗਏ ਤੇ ਅੱਜ ਕੱਲ੍ਹ ਫਰੂਟਸ ਸੰਤਰੇ ਸੇਬ ਖਾਂਦੇ ਹੋ ਗਏ ਹੈ ਨਾ ਗੁਨੂੰ ਤੇ ਅਸੀਂ ਅੱਜ ਪਹੁੰਚ ਗਏ ਹਾਂ ਵਿਆਹ ਤੇ ਵਿਆਹ ਦਾ ਅੱਜ ਪਾਠ ਹੈਗਾ ਆ ਤੇ ਅੱਜ ਦਾ ਵਲੋਗ ਜਿਹੜਾ ਆ ਕਿਵੇਂ ਦਾ ਬਣਦਾ ਆ ਇਹ ਉੱਥੇ ਜਾ ਕੇ ਪਤਾ ਲੱਗਣਾ ਸੋ ਲੈਟਸ ਗੋ ਲੈਟਸ ਗੋ ਹੈਲੋ ਆ ਪੁਰਾਣਾ ਬਬਲੂ ਤੇ ਨਵੇਂ ਬਬਲੂ ਚ ਡਿਫਰੈਂਸ ਇੱਕ ਫੋਟੋ ਤੇਰੀ ਪੁਰਾਣੀ ਲੈਣੀ ਨਾਲ ਇੱਕ ਆਵਲ ਲੈਣੀ ਆ ਅੰਦਰ ਲੱਭੋ ਬਬਲੂ ਸਕੇਅਰ ਨਵਾਂ ਨਵਾਂ ਕੰਮ ਹੋਣਾ ਹੈ ਰੱਖੀ ਹੋਣੀ ਹੈ ਯਾਨੀ ਸਾਲ ਕੁ ਹੋ ਗਿਆ ਡੇਢ ਸਾਲ ਹੋ ਗਿਆ ਜੀ ਆ ਕੁੜੀ ਦਾ ਭਰਾ ਆ ਬਹੁਤ ਪਿਆਰੇ ਦੁਆਲੇ ਗੱਲ ਆ ਨੀਲੀ ਫੱਗੜ ਉਹਦੇ ਉਹਦੇ ਦਇਆ ਤੋਂ ਪੈਸੇ ਮੰਗਦੀ ਆ ਮਾਮੀ ਜੀ ਇੱਧਰ ਆਇਓ ਮੈਂ ਕਿਹਾ ਕੁੜੀ ਦਾ ਭਰਾ ਨੀਲੀ ਫੱਗੜ ਆ ਤੋਂ ਪੈਸੇ ਮੰਗੋ ਉਹਦੇ ਦੁਆਲੇ ਹੋ ਗਈ ਆ ਜੈਕਟਾਂ ਜੀ ਆ ਪੈਸੇ ਅੱਜ ਨੇ ਖੋਲਿਆ ਬਟੂਆ ਅੱਜ ਲੈ ਵੀ ਚਾਚੇ ਨੇ ਦਿਲ ਖੋਲਤਾ ਕੁੜੀ ਨੇ ਜੀਜੀ ਦੀ ਵੇਲ 100 ਲੱਖ ਦਮਣੇ 10 ਲੱਖ ਦਮਣੇ ਦੀ ਵੇਲ ਕੁੜੀ ਦੇ ਜੀਜੇ ਵੱਲੋਂ ਆ ਕੁੜੀ ਦਾ ਫੁੱਫੜ ਆ ਕੁੜੀ ਦਾ ਫੁੱਫੜ ਇਹਨਾਂ ਨੀ ਬਣਾਉਣੀ ਕੁੜੀ ਦਾ ਫੁੱਫੜ ਇੱਕ ਲੋ ਪੈਸੇ ਆ ਫੁੱਫੜ ਆ ਕੁੜੀ ਦਾ ਬੂਆ 10 ਰੁਪਏ ਦੇ ਦੇ ਪਰਸੇ ਨੀ ਲਿਆਂਦਾ ਅਸੀਂ ਪਰਸੇ ਨੀ ਲਿਆਂਦਾ ਗੁਨੀਤ ਪਹਿਲਾਂ ਦਿਖਾ ਤੂੰ ਵਿਆਹ ਚ ਕੱਪੜੇ ਕਿੱਦਾਂ ਦੇ ਪਾਇਆ ਪਹਿਲਾਂ ਦਿਖਾ ਸਾਰਿਆਂ ਨੂੰ ਪਿੱਛੇ ਹੋ ਪਿੱਛੇ ਖੜਾ ਹੋ ਹਾਂ ਇੱਧਰ 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 ਵਾਓ ਜੇ ਦੇਖੋ ਗੁਨੀਤ ਗੁਨੀਤ ਨੇ ਟੌਰ ਕੱਢੀ ਪੂਰੀ ਹਨਾ ਗੁਨੀਤ ਇਹ ਹਮਾਰਾ ਗੁੰਨਾ ਹੈ ਉਹ ਜੱਸੀ ਮਾਸ ਆ ਮਾਸੜ ਆ ਜਿਹੜੀ ਮਾਸੜ ਹੈ ਨਾ ਮੇਰੇ ਮਾਸੜ ਜੀ ਜੋਤੀ ਦੇ ਫੁੱਫੜ ਜੀ ਉਹ ਨਾਲ ਮਾਸੀ ਆ ਹਾਂ ਹੁਣ ਮਾਸੀ ਆਈ 4 ਦਿਨਾਂ ਬਾਅਦ ਮਾਸੀ ਜੀ ਉਰੇ ਆਇਓ ਸਾਰੇ ਵਲੌਗ ਚ ਪੁੱਛੀ ਜਾਂਦੇ ਕਿ ਫੁੱਫੜ ਦੀ 3 ਦਿਨ ਹੋ ਗਏ ਵੀਡੀਓ ਆਉਂਦੇ ਦੀ ਭੂਆ ਕਿੱਥੇ ਆ ਸਾਰੇ ਵੀਡੀਓ ਬਣਾ ਕੇ ਭੇਜੀਆਂ ਸੀ ਬਾਹਰ ਵਲੌਗ ਬਣਾ ਕੇ ਮਾਸੜ ਜੀ ਸਾਰੇ ਵਲੌਗਾਂ 'ਚ ਆ ਤੁਸੀਂ ਹੈ ਨਹੀਂ ਸੀਗੇ ਤਾਂ ਸਾਰੇ ਪੁੱਛ ਰਹੇ ਮਾਸੀ ਕਿੱਥੇ ਆ ਜੋਤੀ ਦੀ ਭੂਆ ਵਾਲੀ ਤਨਵੀਰ ਲਾਂਚ ਕੀਤਾ ਜਿੰਦਰਨੀਆਂ 'ਚ ਉਹ ਭੋਲੀ ਭੂਆ ਮਿਲਦੀ ਜੱਫੀਆਂ ਪਾ ਪਾ ਕੇ ਰਾਣੀ ਦੀਦੀ ਲੱਗਿਓ ਲੱਗਾ ਸ਼ਕਾਂ ਠਾ ਠਾ ਮਾਰੇ ਪਕੌੜੇ ਮੇਰੇ ਹੋਰ ਕਿਹੜਾ ਆ ਅਸੀਂ ਇੱਥੇ ਬਹਿ ਗਏ ਹਾਂ ਕੁਰਸੀਆਂ ਡਾ ਕੇ ਹੁਣ ਅਸੀਂ ਛੱਡਣਾ ਕੋਈ ਨਹੀਂ ਅੱਜ ਤੋਂ ਨਾ ਮਤਲਬ ਜਿਹੜੇ ਬਾਹਰ ਬੈਠੇ ਆ ਉਹਨਾਂ ਨੇ ਵੀਡੀਓ ਦੇਖਣੀ ਹੋਣੀ ਕਹਿਣਾ ਉਹ ਕਿੱਡੀ ਮੋਟੀ ਹੋਈ ਪਈ ਆ ਇਹਦੇ ਸਾਰੇ ਵਾਲ ਇੱਦਾਂ ਦੇ ਹੋ ਗਏ ਇਹਦਾ ਰੰਗ ਕਿੱਦਾਂ ਦਾ ਹੋ ਗਿਆ 2 ਸਾਲ ਪਹਿਲਾਂ ਤਾਂ ਇੱਦਾਂ ਆਹੋ ਆ ਬਬਲੂ ਪਹਿਲਾਂ ਤਾਂ ਮੋਨਾ ਹੁੰਦਾ ਸੀ ਹੁਣ ਇਹਨੇ ਦਾੜੀ ਰੱਖ ਲਈ ਆ
ਅਮਾਸੜ ਜੀ ਵੀ ਕਾਫੀ ਕਮਜ਼ੋਰ ਜੇ ਹੋ ਗਏ ਆ ਮਤਲਬ ਸਾਰੇ ਨੇ ਆਪਣੇ ਕੀ ਨੇ ਗਾੜੀ ਆ ਗਈ ਯਾਰ ਪਰ ਚੌਲ ਖਾਣੇ ਨਹੀਂ ਛੱਡਣੇ ਅਮਾਸੜ ਜੀ ਸਾਡੇ ਬਾਹਰੋਂ ਆਏ ਆ ਕੈਨੇਡਾ ਤੋਂ ਤਾਂ ਅਸੀਂ ਇਹਨਾਂ ਦੀ ਰੋਜ਼ ਵੀਡੀਓ ਬਣਾਉਂਦੇ ਹਾਂ ਹੋਰ ਮੂੰਹ ਢੱਕ ਲਿਆ ਮੂੰਹ ਪਾਸੇ ਨੂੰ ਕਰ ਲਿਆ ਇਹ ਮਾਮਾ ਜੀ ਨੇ ਪੁਲਿਸ ਵਾਲੀ ਵੀ ਸੱਦੀ ਉਹ ਉਹਨੇ ਬੈਠਾ ਭਾਈ ਰੋਟੀ ਖਾਂਦਾ ਆ ਦੇ ਸੈਲਫੀਆਂ ਲੈ ਰਹੀਆਂ ਕੁੜੀਆਂ ਚਾਰ ਪੰਜ ਦਿਨ ਪਹਿਲਾਂ ਇਹਨਾਂ ਨੇ ਪਾਰਲਰ ਦੀ ਧੁੱਕੀ ਬੰਨੀ ਹੋਈ ਸੀਗੀ ਆ ਤੁਹਾਨੂੰ ਦਿਖਾਵਾਂ ਜਿੰਦਰ ਨੇ ਕੰਨਾਂ 'ਚ ਵਿੰਡ ਚੇਨ ਪਾਈ ਹੋਆ ਸੁਖਪਾਲ ਕਹਿੰਦੇ ਜਦੋਂ ਗੇਟ 'ਚ ਵੜਨ ਲੱਗੇ ਨਾ ਉਹ ਵਜਾਉਂਦੇ ਹੁੰਦੇ ਆ ਆਹ ਤੇ ਵਿੰਡ ਚੇਨ ਖਾਲਾ ਤੂੰ ਵਲੌਗ ਦੇਖੀ ਬਾਅਦ 'ਚ ਆ ਰਹੀ ਆ ਕੁੜੀ ਜਿਹੜੀ ਚਾਰ ਦਿਨ ਪਹਿਲਾਂ ਪਾਰਲਰ 'ਤੇ ਧੁੱਕੀ ਬੰਨੀ ਹੋਈ ਸੀ ਪਲੇਟਾਂ ਭਰ ਭਰ ਰੋਟੀ ਖਾਂਦੀ ਹੋਈ ਤੂੰ ਇਗਨੋਰ ਨਾ ਕਰ ਹੁਣ ਇਹਨੇ ਨਾ ਚਾਰ ਦਿਨ ਤੋਂ ਪਾਰਲਰ ਵਾਲੀ ਪਰੇਸ਼ਾਨ ਕੀਤੀ ਸੀਗੀ ਹੁਣ ਅਰੇ ਹੁਣ ਉੱਥੇ ਪਹੁੰਚ ਗਈ ਏ ਅੱਜ ਦੇਖ ਸਮਾਈਲਾਂ ਹਾਂ ਨਾ ਜੱਸੀ ਮਾਸੀ ਪਿੰਡ ਦੀ ਕੋਈ ਆਂਟੀ ਕੋਈ ਭੈਣ ਬੀਬੀ ਨਹੀਂ ਛੱਡਦੀ ਪਈ ਸਭ ਨੂੰ ਜੱਫੀਆਂ ਪਾਵਾਂ ਮਿਲ ਜਾਂਦੀ ਮਾਸੜ ਜੀ ਕਹਿੰਦੇ ਕੋਈ ਛੱਡ ਵੀ ਦੇਣੀ ਸੀ ਮਿਲਣ ਤੋਂ ਕਹਿੰਦੇ ਇੱਦਾਂ ਦਾ ਘਰ ਵੀ ਨਹੀਂ ਕਹਿੰਦੇ ਬੁਲਾਉਂਦੀ ਜਿੱਦਾਂ ਉਹਨਾਂ ਨੂੰ ਬੁਲਾਉਂਦੀ ਹੈ ਮਾਸੜ ਜੀ ਕਹਿੰਦੇ ਘਰ ਵੀ ਨਹੀਂ ਬੁਲਾਉਂਦੀ ਕਹਿੰਦੇ ਆਹੋ ਕਹਿੰਦੇ ਇੱਦਾਂ ਦਾ ਮੈਨੂੰ ਕਦੀ ਇਹਨੇ ਘਰ ਨਹੀਂ ਬੁਲਾਇਆ ਜਿੱਦਾਂ ਉਹਨਾਂ ਨੂੰ ਬੁਲਾਉਂਦੀ ਹੈ ਜੱਸੀ ਜੈਸੀ ਕੋਈ ਨਹੀਂ ਕਿੰਨੀਆਂ ਨੇ ਮੈਨੂੰ ਮੇਰੇ ਚੁੰਨੀਆਂ ਖਿੱਚ ਖਿੱਚ ਕੇ ਮੈਂ ਰੋਟੀ ਵੀ ਨੀ ਖਾਣੀ ਰੋਟੀ ਖਾ ਕੇ ਮਾਸੀ ਫੇਮਸ ਹੋ ਗਈ ਨਾ ਹੁਣ ਸਾਡੀ ਹੈਨਾ ਮਾਸੜ ਜੀ ਕੰਮ ਖਰਾਬ ਹੋ ਗਿਆ ਇੱਧਰ ਇਹ ਹਾਲ ਹੈ ਮਾਸੀ ਕਹੀ ਪਾਪਾ ਨਾਲ ਫੋਟੋ ਖਿਚਾਉਣ ਮਾਸੜ ਜੀ ਬਹੁਤ ਮਾੜੀ ਹੋਈ ਮੇਰੀਆਂ ਅੱਖਾਂ ਮੇਰੀ ਮਾਸੀ ਜੀ ਤੇ ਆ ਹਾਈਟ ਮੇਰੇ ਚਾਚਾ ਜੀ ਤੇ ਆ ਹੋ ਗਿਆ ਅੱਛਾ ਮਾਸੀ ਰੋਟੀ ਖਾ ਲਈ ਹੈ ਧੁੱਪ ਸੇਕ ਦੇ ਮੇਰੇ ਵੱਡੀ ਮਾਸੀ ਆ ਮੈਂ ਸਾਰੀਆਂ ਮਾਸੀਆਂ ਦੀਆਂ ਵੀਡੀਓ ਬਣਾਉਣੀ ਪਈ ਅਸੀਂ ਸਾਰਿਆਂ ਨੂੰ ਦਿਖਾ ਦੇਣੀ ਆ ਯੂਟਿਊਬ ਤੇ ਪਾ ਦੇਣੀ ਆ ਅਰਨੀਤ ਵੀ ਦੇਖੂਗੀ ਗਰਨਾਮ ਭਾਜੀ ਵੀ ਦੇਖੂਗੇ ਸੁਖਨਿੰਦਰ ਉੱਥੇ ਬੈਠਾ ਘੋੜਿਆਂ ਦੀਆਂ ਗੁੱਤਾਂ ਕਰਦਾ ਉਹ ਵੀ ਦੇਖੂਗਾ ਸਾਰੇ ਕੁੱਤੇ ਹੀ ਆ ਤੁਸੀਂ ਕਿੰਨਾ ਚਿਰ ਸਾਡੇ ਕੋਲ ਰਹਿ ਕੇ ਗਏ ਸੀਗੇ ਜਦੋਂ ਮਾਸੀ ਸਾਡੇ ਕੋਲ ਹੁਸ਼ਿਆਰਪੁਰ ਸੀਗੇ ਨਾ ਮਾਸੀ ਨੇ ਮੜਾਨੀ ਬਣਾਉਣਾ ਇੰਨਾ ਕੁ ਦੇ ਰਹਿਣਾ ਫੇਰ ਬਾਕੀ ਫਰਿੱਜ ਚ ਰੱਖ ਲੈਣਾ ਕਹਿਣਾ ਫੇਰ ਲੈ ਲਿਓ ਫੇਰ ਸਾਨੂੰ ਇੰਨਾ ਕੁ ਦੇ ਰਹਿਣਾ ਫੇਕਣਾ ਫੇਰ ਲੈ ਲਿਓ ਹਨਾ ਏਦਾਂ ਕਰਦੇ ਹੁੰਦੇ ਸੀ ਫੇਰ ਹੋਰ ਕੀ ਕਰਾਂ ਮਾਸੀ ਮਾਸੀ ਨੂੰ ਫੇਰ ਅਸੀਂ ਫੇਰ ਭੈਣ ਦੀ ਬਚਤ ਰਵੇ ਘਰ ਦੀ ਆਹੋ ਭੈਣ ਦੀ ਬਚਤ ਕਰਦੀ ਜਾਂਦੀ ਸਾਨੂੰ ਭੁੱਖੇ ਮਾਰ ਦਿੰਦੇ ਸੀ ਫੇਰ ਸਬਜ਼ੀ ਬਣਾਉਣੀ ਕਹਿੰਦਾ ਇੰਨੀ ਕੁ ਖਾ ਲਓ ਸ਼ਾਮ ਬਾਕੀ ਸ਼ਾਮ ਲਈ ਰੱਖ ਲਓ ਕਹਿੰਦਾ ਸਵਾਦ ਹੈ ਇੰਨੀ ਨਾ ਲਾ ਲਓ ਕੇ ਖਾ ਲਓ ਇਹ ਮੇਰੀ ਦੇਬੋ ਮਾਸੀ ਆ ਮੇਰੀ ਜੱਸੀ ਮਾਸੀ ਆ ਅਸੀਂ ਦਰਾਣੀ ਜਠਾਣੀ ਵੀ ਆ ਅਸੀਂ ਭੈੜਾ ਵੀ ਆ ਅਜਾ ਮਾਸੀ ਬੋਲੀ ਬਣ ਗਈ ਸੋਰੇ ਨੱਚੀਆਂ ਦਰਾਣੀਆਂ ਜਠਾਣੀ ਤਾਂ ਹੀ ਪਿਆਰ ਹੋ ਜਾ ਸਾਡਾ ਆ ਬਹੁਤ ਲੜ ਵੀ ਪਈਦਾ ਅਸੀਂ ਪਿਆਰ ਵੀ ਕਰੀਦਾ ਅਸੀਂ ਲੜ ਵੀ ਪਈਦਾ ਆ ਇੱਕ ਪਿੱਛੇ ਉਹ ਮਿੰਦੋ ਵੀ ਪਈ ਆ ਉਹ ਜਿਹੜੀ ਛੋਟੀ ਉਹ ਬੜੀ ਤੇਜ਼ ਤੁਹਾਡੀ ਭੈਣ ਉਹ ਤਾਂ ਬਹੁਤ
ਤੇਜ਼ ਵਾ ਨਿੱਕੀ ਜਿੰਨੀ ਓਨੀ ਤਿੱਖੀ ਆ ਆ ਬਹੁਤ ਤਿੱਖੀ ਆ ਉਹ ਸਾਡੇ ਨਾਲ ਰਾਜਦੀ ਆ ਭੋਲੀ ਆ ਆ ਉਹ ਭੋਲੀ ਹਮੇਸ਼ਾ ਛੋਟੇ ਨਿਆਣੇ ਤਿੱਖੇ ਹੁੰਦੇ ਆ ਮੇਰੀ ਵੀ ਛੋਟੀ ਭੈਣ ਬਹੁਤ ਤਿੱਖੀ ਆ ਆਹੋ ਸਾਡੀ ਨਿੱਕੀ ਵੀ ਤਿੱਖੀ ਆ ਪਰ ਨਾ ਕਿਹਾ ਵੀ ਤਿੱਖਾ ਪਰ ਨਾ ਤੁਸੀਂ ਉਹਦਾ ਭੋਲੀ ਰੱਖਿਆ ਸਾਡੀ ਸਾਡੀ ਉਧਰ ਸਿੰਦਰ ਨਿੱਕੀ ਤਿੱਖੀ ਆ ਭੋਲੀ ਨਹੀਂ ਉਹਨੇ ਨਾ ਤਾਂ ਭੋਲੀ ਰੱਖਿਆ ਤੁਸੀਂ ਤਿਆਰ ਕਰਨੀ ਜਿਲੇ ਠੀਕ ਹੋਣਾ ਤਾਂ ਉਸਲੇ ਪਾਸਤਾ ਚੱਕ ਕੇ ਮਗਰੇ ਆ ਜਾਣਾ ਵੀ ਬੁਖਾਰ ਚੜ ਗਿਆ ਮਾਸੀ ਸਾਡੇ ਛਿੱਤਰ ਮਾਰ ਮਾਰ ਪੜਾਇਆ ਸਾਨੂੰ ਆਪ ਨੂੰ ਦੇਖਿਆ ਸੀ ਹੁਣ ਤਾਂ ਤੁਹਾਨੂੰ ਪੜਾਇਆ ਇਹ ਤਾਂ ਇਹ ਛੋਟੀ ਸੀ ਇਹਨੂੰ ਤਾਂ ਜ਼ਿਆਦਾ ਪੜ੍ਹਨਾ ਚਾਹੀਦਾ ਸੀ ਅਸੀਂ ਤਾਂ ਪੜ੍ਹੇ ਸੀ ਸਾਡੇ ਤਾਂ ਫਿਰ ਕੰਮਾਂ 'ਚ ਸੀ ਕੰਮ ਬਹੁਤ ਇਹਨਾਂ ਨੇ ਪੱਠੇ ਵੱਢਣ ਜਾ ਕੇ ਖੇਤਾਂ ਅੰਡਾ ਨਹੀਂ ਰੱਖਿਆ ਉਹਨੇ ਆਪਣੇ ਨਿਆਣੇ ਪੜਾਤੇ ਨਿਆਣੇ ਆਪ ਹੀ ਪੜ੍ਹ ਗਏ ਨਿਆਣੇ ਬੜੇ ਸ਼ਾਨ ਨਿਆਣੇ ਪੜ੍ਹ ਗਏ ਆਪੇ ਸ਼ਾਨ ਮੇਰਾ ਭਾਣਜਾ ਜਿਹੜਾ ਦਇਆ ਸਿੰਘ ਉਹ ਵੀ ਮੇਰੇ ਵਰਗਾ ਹੀ ਉਹ ਵੀ ਮੇਰਾ ਪੁੱਤ ਉਹ ਪੁੱਤ ਵਾ ਉਹ ਲੜਦਾ ਬਹੁਤ ਵੀ ਨਿੱਕਾ ਆ ਬਹੁਤ ਤਿੱਖਾ ਆ ਤਿੱਖਾ ਯਾਰ ਹਾਂ ਬਹੁਤ ਤਿੱਖਾ ਮਸਤੀ ਉਹ ਨਿੱਕੇ ਨਿੱਕੇ ਤਿੱਖੇ ਹੀ ਹੁੰਦੇ ਆ ਸਾਰਾ ਭਾਰ ਉਹਨਾਂ ਤੇ ਆ ਜਾਂਦਾ ਬੜਿਆਂ ਦਾ ਮੈਂ ਭੋਲੀ ਜਿਹੀ ਆ ਮੈਂ ਵੱਡੀ ਆ ਨਹੀਂ ਤੂੰ ਠੀਕ ਭੋਲੀ ਆ ਭੋਲੀ ਤੂੰ ਠੀਕ ਤੂੰ ਭੋਲੀ ਭੋਲੀ ਕਰਕੇ ਇੱਥੇ ਤੇ ਪਹੁੰਚੀ ਆ 147 ਆ ਤੂੰ 147 ਲੈ ਲੋ ਆ ਸੱਚੀ ਚਲੋ ਸੋਹਣਾ ਤੇ ਹੁਣ ਬੁੱਢਿਆਂ ਨੇ ਇਹ ਕੰਮ ਕਰਨੇ ਤੇਲ ਨੂੰ ਹੈ ਜੇ ਦੇਖਣਾ ਤਾਂ ਕਹਿੰਦਾ ਬੁੱਢੀ ਕੰਜਰੀ ਦਾ ਤੇਲ ਦਾ ਜਾਣਾ ਕਰਦੀਆਂ ਉਦਾਂ ਸਾਰੀਆਂ ਕਰਦੀਆਂ ਹੋਰ ਫਿਰ ਮੈਂ ਲਾਲ ਰੀਬਨ ਪਾ ਕੇ ਆਉਂਗੀ ਲਾਲ ਰੀਬਨ ਚਰਨਜੀਤ ਆ ਭੂਆ ਸ਼ੱਕ ਦੀ ਤਿਆਰੀ ਮੋਟੀਆਂ ਸਾਮੀਆਂ ਗੋਲ ਗੱਪੇ ਵਰਗੇ ਨੋਟ ਕੜਕਦੇ ਓਏ ਹੋਏ ਮੰਮੀ ਅੱਜ ਸਭ ਤੋਂ ਅਮੀਰ ਆ ਥੁੱਕ ਲਗਾ ਕੇ ਨੀ ਨੋਟਾਂ ਨੂੰ ਥੁੱਕ ਨੀ ਲਾਈਦਾ ਥੁੱਕ ਲਾ ਕੇ ਦਿੱਤੇ ਨੋਟ ਭੂਆ ਕੋ ਹੈਗਾ ਉਹਨੇ ਵੀ ਆਪਣਾ ਲਾ ਲੈਣਾ ਸੈਨੇਟਾਈਜ਼ਰ ਜੇ ਬੰਦ ਨੀ ਹੁੰਦਾ ਥੋੜੇ ਜਿਹੇ ਮੈਨੂੰ ਦੇ ਦੋ ਕੱਢ ਕੇ ਕੀ ਹੋਇਆ ਮਾਸੀ ਜੀ ਇਹ ਤਾਂ ਤੁਹਾਡੀ ਕੁੜੀ ਨੀ ਹੈਗੀ ਮੈਂ ਨਾ ਤੁਹਾਡੀ ਕੁੜੀ ਆ ਇੱਧਰ ਆ ਮੇਰਾ ਮੁੰਡਾ ਆ ਇੱਧਰ ਹੀ ਆ ਪੂਛ ਆ ਮਾਤਾ ਦੀ ਤੂੰ ਕਿਹਦੀ ਆ ਮੈਂ ਮਾਸੀ ਦੀ ਮਾਸੀ ਨੇ ਆ ਕੰਨਾਂ ਚ ਹੀ ਪਾਏ ਨੇ ਜਿਹੜੇ ਦਰਵਾਜ਼ਿਆਂ ਦੇ ਟੰਗਣ ਵਾਲੇ ਦਾ ਹਲਾਈਦੇ ਹੁੰਦੇ ਔਰ ਬਸ 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 ਉਹੀ ਆ ਨਾ ਮਾਮੇ ਨੇ ਡਰ ਦਿੱਤੀ ਮਾਮੀ ਦੀ ਲੱਤ ਗਈ ਮਾਮੀ ਦੀ ਲੱਤ ਆਪਾਂ
उम्मीद करते हैं तुहानू पसंद आया होगा। उम्मीद करते हैं पसंद आया होगा। सब्सक्राइब ते लाइक ठोक दो, कमेंट जरूर करना ना भूलो। ओके एंड बाय बाय।